ਸੱਚੀ ਰਹਿਰਾਸੇ ਸੱਚੀ ਰਹਿਰਾਸੇ ਅੱਖੀ ਤਮਾਸ਼ੇ ਅਸੀਂ ਬੜੇ ਰੰਗ ਤਮਾਸ਼ੇ ਵੇਖਦੇ ਹਾਂ ਪਰ ਅੱਖਾਂ ਨਾਲ ਵੇਖਣਾ ਕੀ ਹੈ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕੰਨਾਂ ਨਾਲ ਕੀ ਸੁਣਨਾ ਹੈ ਸਤਿਗੁਰਾਂ ਦੀ ਪਾਵਣ ਪਵਿੱਤਰ ਗੁਰਬਾਣੀ ਪਾਤਸ਼ਾਹ ਜੀ ਦਾ ਫਰਮਾਨ ਹੈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਕੀਤਾ ਨਾਨਕ ਏਕ ਕਰੇ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਅੱਖਾਂ ਨਾਲ ਸਤਿਗੁਰਾਂ ਦੇ ਦਰਸ਼ਨ ਦੀ ਦਾਰੇ ਕਰੀਏ ਤੇ ਸਾਡਾ ਆਉਣਾ ਜਿਹੜਾ ਹੈ ਸਫਲ ਹੋ ਜਾਂਦਾ ਹੈ ਸਾਡਾ ਆਉਣਾ ਇਸ ਸੰਸਾਰ ਤੇ ਸਫਲ ਹੁੰਦਾ ਆਪੀ ਨੈ ਭੋਗ ਭੋਗ ਕੈ ਹੋਏ ਪਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਜੀ ਹੈ ਬਹਿ ਦੇਖਾ ਕਰ ਸਮਝਾਇਆ ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣੀਏ ਕਿਆਰੂ ਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪ੍ਰਥਾਏ ਇਤਿਹਾਸਕ ਸਾਖੀ ਦੀ ਆਪਾਂ ਸਾਂਝ ਪਾਉਣੀ ਹੈ ਉਸ ਤੋਂ ਉਪਰੰਤ ਸਮਾਪਤੀ ਕਰਾਂਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਬੜੀ ਬਖਸ਼ਿਸ਼ ਕੀਤੀ ਭੱਟਾਂ ਨੇ ਬੜੀ ਉਸਤਤ ਕੀਤੀ ਹੈ ਧਰਨ ਗਗਨ ਨਾਭ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਾਰ ਪੰਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ
ਦੁੱਖ ਪੰਜਨੀ ਬੇਰੀ ਹੇਠ ਰੋਜ਼ਾਨਾ ਦੀਵਾਨ ਸਜਾਉਂਦੇ ਨੇ, ਦੀਵਾਨ ਸਜਦੇ ਨੇ, ਪਾਵਣ ਪਵਿੱਤਰ ਗੁਰਬਾਣੀ ਦੇ ਰਾਗੀ ਸਿੰਘ ਕੀਰਤਨ ਕਰਦੇ ਨੇ, ਤੇ ਸੰਗਤਾਂ ਹਜ਼ਾਰਾਂ ਦੀ ਤਾਦਾਦ ਨਾਲ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਂਦੀਆਂ। ਇਹਨਾਂ ਅੱਖਾਂ ਨਾਲ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਹੁੰਦੇ ਨੇ, ਤੇ ਦਰਸ਼ਨ ਕਰਕੇ ਪਾਤਸ਼ਾਹ ਜੀ ਦਾ ਪਵਿੱਤਰ ਫਰਮਾਨ ਹੈ, ਚਤੁਰ ਦਿਸਾ ਕੀਨੋ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੂਖ ਮਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਗੁਰ ਅਮਰਦਾਸ ਪਰਸੀ ਹੈ ਪਹੁੰਮ ਪਾਤਕ ਬਿਦਾਸ ਹੈ, ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਅਸਾਸ ਹੈ, ਗੁਰ ਅਮਰਦਾਸ ਪਰਸੀ ਹੈ ਧਿਆਨ ਲਈਏ ਪਉ ਮੁਕੈ, ਗੁਰ ਅਮਰਦਾਸ ਪਰਸੀ ਅਭਉ ਲੱਭੇ ਗਉ ਚੁਕੈ, ਇੱਕ ਬਿਨ ਦੁਗਣ ਜੋ ਤਉ ਰਹਿ ਜਾਸ ਮੰਤਰ ਮਾਨਵੈ ਲਹਿ, ਜਾਲ ਪਾ ਪਦਾਰ ਚਿੱਤੜੇ ਗੁਰ ਅਮਰਦਾਸ ਡਿੱਠੇ ਵਾਪਸ ਘਰਾਂ ਨੂੰ ਚਲੇ ਜਾਂਦੇ। ਇੱਕ ਨਵੀਨ ਸਿੱਖ ਜਿਹਨੇ ਕਦੀ ਵੀ ਗੁਰੂ ਦੇ ਦਰਸ਼ਨ ਨਹੀਂ ਸਨ ਕੀਤੇ, ਰਸਤੇ ਵਿੱਚ ਆਪਣਾ ਕਾਰੋਬਾਰ ਕਰਦਾ ਹੈ ਪੇਟ ਪੂਰਤੀ ਵਾਸਤੇ, ਉਹਨੇ ਰੋਜ਼ਾਨਾ ਵੇਖਿਆ ਸੰਗਤਾਂ ਜਾਂਦੀਆਂ ਨੇ ਤੇ ਕਹਿਣ ਲੱਗਾ, ਭਾਈ ਗੁਰੂ ਦੀ ਇਹ ਸੰਗਤ ਤੇ ਕਿੱਥੇ ਜਾਂਦੇ ਜੋ? ਸੰਗਤ ਕਹਿਣ ਲੱਗੀ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਂਦੇ ਹਾਂ। ਕਹਿਣ ਲੱਗੇ, ਉਹਦੇ ਮਨ ਵਿੱਚ ਸ਼ਰਧਾ ਆਈ ਕਿ ਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਕੀ ਕੁੱਝ ਮਿਲਦਾ ਹੈ, ਤੇ ਕਹਿਣ ਲੱਗੇ, ਜੋ ਮੰਗੇ ਜੋ ਝੋਲੀ ਅੱਡ ਕੇ ਮੰਗਦੇ ਹਾਂ ਉਹ ਝੋਲੀਆਂ ਭਰ ਦਿੰਦੇ ਨੇ, ਦੁੱਖ ਦੂਰ ਕਰਦੇ ਨੇ, ਜੋ ਬਚਨ ਕਰਦੇ ਨੇ ਪੂਰਾ ਹੁੰਦਾ। ਕਹਿਣ ਲੱਗਾ, ਜੇ ਮੈਨੂੰ ਲੈ ਚੱਲੋ ਮੇਰੇ ਤੇ ਪਰ ਉਪਕਾਰ ਕਰੋ। ਕਹਿਣ ਲੱਗੀ ਸੰਗਤ ਕੇ, ਕੱਲ ਨੂੰ ਆਵਾਂਗੇ, ਤੂੰ ਤਿਆਰ ਹੋ ਕੇ ਆ ਜਾਵੀ, ਜਥਾ ਸ਼ਕਤ ਭੇਟਾ ਲੈ ਕੇ ਆ ਜਾਵੀ। ਹੁਣ ਭੇਟਾ ਗੁਰੂ ਜੀ ਕੀ ਮੰਗਦੇ ਨੇ? ਭਾਈ ਗੁਰਦਾਸ ਜੀ ਦਾ ਬੜਾ ਸੁੰਦਰ ਬਚਨ ਹੈ, ਉਹ ਕਥਨ ਕਰਦੇ ਨੇ, ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਵਾਰੰਵਾਰ ਗੁਰ ਹੇਤ ਹੈ, ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰ ਦਇਆ ਨਿਤ ਮਹਿਮਾ ਅਗਾਧ ਬੋਧ, ਨਮੋ 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 ਨੇਤ ਨੇਤ ਨੇਤ। ਕਹਿੰਦੇ ਭਾਵੇਂ ਇੱਕ ਕੌਡੀ ਲੈ ਕੇ ਆ, ਪ੍ਰੇਮ ਚਾਹੀਦਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੰਗਤ ਆਈ ਹੈ, ਭਾਵਨਾ ਬਣ ਗਈ, ਉਹ ਸਿੱਖ ਵੀ ਸੰਗਤ ਦੇ ਨਾਲ ਤੁਰ ਗਿਆ, ਵਾਹਿਗੁਰੂ ਦਾ ਸਿਮਰਨ ਕਰਦਿਆਂ ਦੁੱਖ ਭੰਜਨੀ ਬੇਰੀ ਹੇਠ ਆਏ, ਗੁਰੂ ਅਰਜਨ ਦੇ ਪਾਤਸ਼ਾਹ ਨੂੰ ਨਤਮਸਤਕ ਹੋਏ, ਨਮਸਕਾਰ ਕੀਤੀ, ਮੱਥਾ ਟੇਕਿਆ, ਬੈਠਦੀ ਸੰਗਤ ਦੀਵਾਨ ਸੱਜਿਆ, ਗੁਰੂ ਅਰਜਨ ਦੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ, ਉਹਨਾਂ ਬਚਨ ਕੀਤਾ,
ਬਚਨ ਕੀਤਾ ਤੇ ਕਹਿਣ ਲੱਗੇ ਜਿਹੜੀਆਂ ਸੰਗਤਾਂ ਗੁਰੂ ਦੇ ਦਰ ਤੇ ਆਈਆਂ ਨੇ, ਸੇਵਾ ਸਿਮਰਨ ਕਰਦੀਆਂ ਨੇ, ਗੁਰੂ ਕੋਲੋਂ ਉਪਦੇਸ਼ ਸਰਵਣ ਕਰਦੀਆਂ ਨੇ, ਉਹਨਾਂ ਕੋਲੋਂ ਧਰਮ ਰਾਜਾ ਲੇਖਾ ਨਹੀਂ ਪੁੱਛੇ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ, ਉਹ ਬਖਸ਼ੇ ਜਾਣਗੇ। ਬਖਸ਼ਿੰਦ ਪਿਤਾ ਦੇ ਕੋਲ ਆਏ, ਉਹਨੇ ਸੁਣਿਆ ਕੰਨਾਂ ਦੇ ਨਾਲ, ਮਨ ਵਿੱਚ ਵਿਚਾਰਿਆ ਕਿ ਮਨਾ ਤੂੰ ਤੇ ਅੱਜ ਆਇਆ, ਰੋਜ਼ਾਨਾ ਸੰਗਤ ਜਿਹੜੀ ਆਉਂਦੀ ਬਚਨ ਉਹਨਾਂ ਵਾਸਤੇ। ਅਗਲੇ ਦਿਨ ਆਇਆ, ਅਗਲੇ ਦਿਨ ਸਤਿਗੁਰਾਂ ਨੇ ਬਚਨ ਕੀਤਾ। ਜਿਹੜੀਆਂ ਸੰਗਤਾਂ ਸ਼ਰਧਾ ਤੇ ਭਾਵਨਾ ਨਾਲ ਆਈਆਂ ਨੇ, ਭਾਈ ਪਿਆਰਿਓ, ਇਹਨਾਂ ਕੋਲੋਂ ਧਰਮ ਰਾਜਾ ਲੇਖਾ ਨਹੀਂ ਪੁੱਛੇਗਾ। ਧਰਮ ਰਾਜਾ ਕੋਲ ਨਹੀਂ ਆਵੇਗਾ। ਰੇ ਰੇ ਦਰ ਕੇ ਕਹੇ ਨਾ ਕਹੁ, ਆਓ ਬੈਠ ਆਦਰ ਸੁਭ ਦੇਉ, ਇਹਨਾਂ ਕੋਲੋਂ ਧਰਮ ਰਾਜਾ ਲੇਖਾ ਨਹੀਂ ਪੁੱਛੇਗਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ, ਧੁਣੈ ਛੁੱਟੇ ਨਿਕਟ ਨਾ ਜਾਈਓ ਦੂਤ, ਇਹਨਾਂ ਦੇ ਨੇੜੇ ਜਮਦੂਤ ਨਹੀਂ ਜਾਣਗੇ। ਉਹਨੇ ਮਨ ਵਿੱਚ ਸੋਚਿਆ ਕਿ ਸੰਗਤਾਂ ਵਾਸਤੇ ਅੱਜ ਦੂਜਾ ਦਿਨ ਮੇਰਾ, ਤੀਜਾ ਦਿਨ ਹੋਇਆ, ਸਤਿਗੁਰਾਂ ਦੀ ਸੰਗਤ ਵਿੱਚ ਆਇਆ, ਸ਼ਰਧਾ ਬਣ ਕੇ ਪ੍ਰੇਮ ਨਾਲ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, ਪਿਆਰਿਓ, ਜਿੰਨੀਆਂ ਸੰਗਤਾਂ ਆਈਆਂ ਨੇ, ਧਰਮ ਰਾਜਾ ਇਹਨਾਂ ਕੋਲੋਂ ਲੇਖਾ ਨਹੀਂ ਪੁੱਛੇਗਾ, ਬਖਸ਼ੇ ਜਾਣਗੇ। ਉਹਦੇ ਮਨ ਵਿੱਚ ਆਇਆ ਕਿ ਅੱਜ ਤੀਜਾ ਦਿਨ ਮੇਰੇ ਵਾਸਤੇ, ਥੋੜਾ ਰੋਜ਼ਾਨਾ ਸੰਗਤ ਉਹਦੀ, ਇਹਨਾਂ ਵਾਸਤੇ ਹੋ ਸਕਦਾ ਹੈ। ਚੌਥਾ ਦਿਨ ਹੋਇਆ, ਗੁਰੂ ਦੀ ਸੰਗਤ ਵਿੱਚ ਆਇਆ, ਹੋਰ ਸ਼ਰਧਾ ਵੱਧ ਗਈ, ਸਤਿਗੁਰਾਂ ਦੇ ਨੇੜੇ ਹੋ ਕੇ ਮੱਥਾ ਟੇਕ ਕੇ ਬੈਠ ਗਿਆ। ਗੁਰੂ ਜੀ ਨੇ ਮੁਖਾਤਬ ਕਰਕੇ ਉਹਦੇ ਵੱਲ ਤੱਕ ਕੇ ਕਿਰਪਾ ਭਰੀ ਨਿਗਾਹ ਨਾਲ ਕਹਿਣ ਲੱਗੇ, ਸਤਿਗੁਰੂ, ਜਿੰਨੀਆਂ ਸੰਗਤਾਂ ਆਈਆਂ ਨੇ, ਇਹਨਾਂ ਦਾ ਉਧਾਰ ਹੋ ਜਾਵੇਗਾ, ਇਹ ਸੱਚ ਖੰਡ ਦੇ ਵਾਸੀ ਬਣ ਜਾਣਗੇ, ਇਹਨਾਂ ਕੋਲੋਂ ਧਰਮ ਰਾਜਾ ਲੇਖਾ ਨਹੀਂ ਪੁੱਛੇਗਾ। ਮਨ ਵਿੱਚ ਸ਼ੰਕਾ, ਹੱਥ ਜੁੜ ਗਏ, ਉੱਠ ਕੇ ਖੜਾ ਹੋ ਗਿਆ। ਕਹਿਣ ਲੱਗਾ, ਪਾਤਸ਼ਾਹ ਜੀ, ਅੱਜ ਚੌਥਾ ਦਿਨ ਹੈ ਮੇਰੇ ਵਾਸਤੇ। ਪਹਿਲੇ ਦਿਨ ਵੀ ਉਹੀ ਤੁਸੀਂ ਬਚਨ ਕੀਤਾ, ਦੂਜੇ ਦਿਨ ਵੀ, ਤੀਜੇ ਦਿਨ ਵੀ, ਤੇ ਅੱਜ ਚੌਥਾ ਦਿਨ ਪਾਤਸ਼ਾਹ ਤੁਸੀਂ ਬਚਨ ਕੀਤਾ। ਬੜਾ ਪਿਆਰਾ ਬਚਨ ਹੈ ਕਿ ਜਿਹੜਾ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਗੁਰੂ ਕੋਲੋਂ ਉਪਦੇਸ਼ ਸਰਵਣ ਕਰਦਾ ਹੈ, ਉਹਦੇ ਕੋਲੋਂ ਧਰਮ ਰਾਜਾ ਲੇਖਾ ਨਹੀਂ ਪੁੱਛੇਗਾ। ਪਾਤਸ਼ਾਹ, ਮੇਰੀ ਬੇਨਤੀ ਹੈ ਕਿ ਮੇਰਾ ਉਧਾਰ ਹੋ ਜਾਵੇਗਾ, ਮੇਰੇ ਕੋਲੋਂ ਧਰਮ ਰਾਜਾ ਲੇਖਾ ਨਹੀਂ ਪੁੱਛੇਗਾ। ਪਾਤਸ਼ਾਹ ਜੀ ਕਹਿਣ ਲੱਗੇ, ਸਾਰੀਆਂ ਸੰਗਤਾਂ ਵਿੱਚ ਤੂੰ ਵੀ ਆਇਆ ਹੈ, ਤੇਰੇ ਕੋਲੋਂ ਵੀ ਧਰਮ ਰਾਜਾ ਲੇਖਾ ਨਹੀਂ ਪੁੱਛੇਗਾ। ਪਰ ਉਹਦੇ ਮਨ ਦੇ ਅੰਦਰ ਸ਼ੰਕਾ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਪਿਆਰਿਆ, ਕੱਲ ਨੂੰ ਆਵੀਂ, ਤੈਨੂੰ ਉੱਤਰ ਦੇ ਦੇਵਾਂਗੇ। ਹੁਣ ਸ਼ਰਧਾ ਵੱਧ ਗਈ, ਘਰ ਗਿਆ, ਉਹਨੇ ਸ਼ਾਮ ਪਈ, ਪ੍ਰਸ਼ਾਦਾ ਛਕਿਆ, ਪਲੰਗ ਤੇ ਸੌ ਜਾਂਦਾ ਏ, ਪਲੰਗ ਤੇ ਸੁੱਤਾ ਏ, ਤੇ ਸੁੱਤੇ ਪਿਆ ਉਹਦੀ ਮੌਤ ਹੋ ਜਾਂਦੀ, ਸੁਪਨੇ ਦੀ ਵਾਰਤਾ ਏ, ਮੌਤ ਹੁੰਦੀ ਹੈ। ਧਰਮ ਰਾਜੇ ਦੇ ਜਮਦੂਤ ਉਹਨੂੰ ਲੈ ਜਾਂਦੇ ਨੇ, ਮਾਰ ਵੀ ਪੈਂਦੀ ਹੈ, ਧਰਮ ਰਾਜੇ ਦੀ ਕਚਹਿਰੀ ਵਿੱਚ ਪਹੁੰਚਾ ਦਿੰਦੇ ਨੇ।
ਧਰਮਰਾਜ ਨੇ ਵੇਖਿਆ ਦੋ ਬਈਆਂ ਨੇ, ਪਾਤਸ਼ਾਹ ਬਾਣੀ ਵਿੱਚ ਕਥਨ ਕਰਦੇ ਨੇ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ। ਪੜਦੇ ਵਿੱਚ ਕਈ ਅਸੀਂ ਕਰਮ ਕਰਦੇ ਪਰ ਕੌਣ ਟੱਕੇਗਾ। ਚਿੱਤਰ ਤੇ ਗੁਪਤ ਇੱਕ ਚੰਗੇ ਕਰਮ ਲਿਖਦਾ ਇੱਕ ਮਾੜੇ ਕਰਮ, ਦੋਵੇਂ ਵਹੀਆਂ ਵੇਖੀਆਂ, ਜਦੋਂ ਵੇਖੀਆਂ ਤੇ ਚੰਗਾ ਕਰਮ ਕੋਈ ਨਹੀਂ, ਮਾੜੇ ਕਰਮਾਂ ਦੀ ਵਹੀ ਤੇ ਭਰੀ ਹੈ। ਪਰ ਚੰਗੇ ਕਰਮਾਂ ਵਿੱਚੋਂ ਤੱਕਿਆ ਕਿ ਚਾਰ ਦਿਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਕੋਲ ਉਪਦੇਸ਼ ਸਰਵਣ ਕੀਤਾ ਹੈ। ਧਰਮ ਰਾਜਾ ਕਹਿੰਦਾ ਅਸੀਂ ਨਰਕਾਂ ਵਿੱਚ ਵੀ ਭੇਜ ਨਹੀਂ ਸਕਦੇ, ਸੁਪਨੇ ਵਿੱਚ ਸਭ ਕੁਝ ਹੋ ਰਿਹਾ, ਪਲੰਘ ਤੇ ਲੇਟਿਆ ਹੈ, ਮੰਜੇ ਤੇ ਪਿਆ ਹੈ। ਤੇ ਧਰਮ ਰਾਜਾ ਕਹਿੰਦਾ ਲਿਆਉਣ ਵਾਲੇ ਜਿਹੜੇ ਦੂਤਾਂ ਨੂੰ ਕਹਿੰਦਾ ਵੀ ਲੈ ਇਸ ਤਰ੍ਹਾਂ ਕਰੋ, ਇਹ ਗੁਰੂ ਅਰਜਨ ਦੇ ਪਾਤਸ਼ਾਹ ਦਾ ਸਿੱਖ ਭਾਵੇਂ ਨੇ ਚਾਰ ਦਿਨ ਸੰਗਤ ਕੀਤੀ ਹੈ, ਇੱਕ ਘੜੀ ਆਧੀ ਘੜੀ ਆਧੀ ਹੁੰਦੇ ਆਦ ਭਗਤਨ ਸੇਤੀ ਗੋਸ਼ ਦੇ ਜੋ ਕੀਨੇ ਸੋ ਲਾਭ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਓ। ਕਹਿੰਦੇ ਜਾਓ ਇਹਨੂੰ ਨਰਕ ਦਾ ਦਰਵਾਜ਼ਾ ਦਿਖਾ ਦਿਓ, ਛੱਡ ਦਿਓ। ਕਹਿੰਦੇ ਚਾਰ ਮਹੀਨੇ ਤੈਨੂੰ ਉਮਰ ਦਿੱਤੀ ਹੈ ਚਾਰ ਦਿਨ ਸੰਗਤ ਕਰਨ ਕਰਕੇ, ਚਾਰ ਮਹੀਨੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਜੇ ਤੂੰ ਸਿਮਰਨ ਨਾ ਕੀਤਾ ਨਰਕ ਦਾ ਦਰਵਾਜ਼ਾ ਦਿਖਾ ਦਿਓ, ਨਰਕ ਵਿੱਚ ਪਾ ਦੇਵਾਂਗੇ। ਛੱਡ ਦਿੱਤਾ ਤੇ ਵੇਖਿਆ ਕਿ ਸੁਪਨਾ ਮੰਜੇ ਤੇ ਲੇਟਿਆ ਹੈ, ਬੜਾ ਡਰ ਗਿਆ, ਦਰਬ ਗਿਆ, ਇਸ਼ਨਾਨ ਕਰਕੇ ਗੁਰੂ ਦੀ ਸੰਗਤ ਵਿੱਚ ਆਇਆ, ਸਾਰੀਆਂ ਸੰਗਤਾਂ ਬੈਠੀਆਂ ਨੇ, ਨੀਵੀਂ ਪਾ ਕੇ ਬਹਿ ਗਿਆ ਤੇ ਪਾਤਸ਼ਾਹ ਨੇ ਤੱਕਿਆ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਸਭ ਕੁਝ ਜਾਣ ਗਏ। ਕਹਿਣ ਲੱਗੇ ਸਿੱਖਾ ਕੀ ਗੱਲ ਬੜੀ ਚਿੰਤਾ ਵਿੱਚ ਨੀਵੀਂ ਪਾਈ ਹੈ, ਉੱਠ ਤੇਰੇ ਨਾਲ ਰਾਤ ਕਿਵੇਂ ਬੀਤਿਆ। ਉੱਠਿਆ, ਸਤਿਗੁਰਾਂ ਨੂੰ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਸੁਪਨੇ ਵਿੱਚ ਮੌਤ ਹੋਈ, ਧਰਮ ਰਾਜੇ ਦੀ ਕਚਹਿਰੀ ਵਿੱਚ ਜਮਦੂਤਾਂ ਨੇ ਖੜਿਆ ਮਾਰ ਵੀ ਪਈ, ਤੁਹਾਡੀ ਚਾਰ ਦਿਨ ਸੰਗਤ ਕਰਨ ਦਾ ਫਲ ਮੈਨੂੰ ਚਾਰ ਮਹੀਨੇ ਉਮਰ ਦਿੱਤੀ ਹੈ। ਪਾਤਸ਼ਾਹ ਸ਼ਰਤ ਲਾਈ ਹੈ ਕਿ ਚਾਰ ਮਹੀਨੇ ਵਾਹਿਗੁਰੂ ਦਾ ਸਿਮਰਨ ਕਰਨਾ, ਨਹੀਂ ਤੇ ਨਰਕ ਵਿੱਚ ਸੁੱਟ ਦੇਵਾਂਗੇ। ਚਰਨਾਂ ਦੇ ਡਿੱਗ ਪਿਆ ਢਹਿ ਪਿਆ, ਕਹਿਣ ਲੱਗਾ ਪਾਤਸ਼ਾਹ ਜਿੱਥੇ ਏਡੀ ਬਖਸ਼ਿਸ਼ ਕੀਤੀ ਜੋ ਥੋੜੀ ਜਿਹੀ ਉਮਰ ਹੋਰ ਵਧਾ ਦਿਓ, ਕਿਉਂਕਿ ਜਦੋਂ ਮੈਂ ਤੱਕਦਾ ਹੈ ਮੇਰੇ ਪਾਪ ਬਹੁਤੇ ਨੇ, ਤੇ ਚਾਰ ਮਹੀਨੇ ਕਿੰਨਾ ਕੁ ਸਿਮਰਨ ਕਰ ਲਵਾਂਗਾ। ਜਦੋਂ ਤੱਕੀਏ ਨਾ ਅੰਦਰ, ਸਾਡੇ ਪਾਪ ਬਹੁਤੇ ਨੇ ਤੇ ਚੰਗੇ ਕਰਮ ਘੱਟ ਹੁੰਦੇ ਨੇ। ਪਾਤਸ਼ਾਹ ਕਹਿਣ ਲੱਗੇ ਚਾਰ ਮਹੀਨੇ ਵਾਹਿਗੁਰੂ ਦਾ ਸਿਮਰਨ ਕਰ, ਤੇਰੇ ਪਾਪ ਕੱਟੇ ਜਾਣਗੇ। ਪਰ ਕਹਿੰਦਾ ਹੋਰ ਉਮਰ ਦੇ ਦਿਓ। ਪਾਤਸ਼ਾਹ ਨੇ ਇੱਕ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਕਹਿਣ ਲੱਗੇ ਸਿੱਖਾ ਲੱਖਾਂ ਕਰੋੜਾਂ ਮਣ ਸੁੱਕੀਆਂ ਲੱਕੜਾਂ ਦਾ ਢੇਰ ਪਿਆ ਹੋਵੇ, ਛੋਟੀ ਜਿਹੀ ਚੰਗਿਆੜੀ ਲਾ ਦੇਈਏ, ਸਾਰੀਆਂ ਸੜ ਕੇ ਸਵਾਹ ਹੋ ਜਾਂਦੀਆਂ ਨੇ, ਭਾਵੇਂ ਲੱਖਾਂ ਕਰੋੜਾਂ ਮਣ ਤੇਰੇ ਪਾਪ ਨੇ, ਪਰ ਇਹ ਚਾਰ ਮਹੀਨੇ ਵਾਹਿਗੁਰੂ ਦੇ ਨਾਮ ਦੀ ਚੰਗਿਆੜੀ ਨਾਲ ਸਾਰੇ ਪਾਪ ਤੇਰੇ ਸੜ ਜਾਣਗੇ, ਸੱਚਖੰਡ ਚਲੇ ਜਾਵੇਂਗਾ। ਇਹ ਗੁਰੂ ਦੀ ਸੰਗਤ ਕਰਨ ਦਾ ਫਲ। ਆਓ ਇਹਦੇ ਨਾਲ ਹੀ ਸਮਾਪਤੀ ਕਰੀਏ ਜੀ। ਧੰਨ ਧੰਨ ਹੈ ਮੇਰੀ ਜਿੰਦੜੀਏ।
Thank you.
ਸਤਿਗੁਰ ਰਹਿਆ ਪਰ ਪੂਰੇ
ਜਗਤ ਗਿਆਨੀਆਂ ਪ੍ਰਿਆਈਆਂ ਵਰਤੇ ਧਰਮ ਦੂਰ ਕਰਨੀਆਂ ਪੁਆਣੀ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਬਹਿ ਸਿਉਂ ਚੱਲਣ ਕਾ ਕਰ ਸਾਜ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਬੇਸਾਹੂ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਸਰੀ ਮਹਲਾ ਤੀਜਾ ਕਾਚਾ ਧਨ ਸੰਚੈ ਹੈ ਮੂਰਖ ਗਵਾਰ ਮਨ ਮੁਖ ਭੂਲੇ ਅੰਧ ਗਵਾਰ ਕਾਚਾ ਧਨ ਸੱਚੈ ਹੈ ਮੂਰਖ ਗਵਾਰ ਮਨ ਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚਾ ਧਨ ਗੁਰਮਤੀ ਪਾਏ ਕਾਚਾ ਧਨ ਫੋਨ ਆਵੈ ਜਾਏ ਰਹਾਉ ਮਨ ਮੁਖ ਭੂਲੇ
ਸਭ ਮਰਹਿ ਗਵਾਰ। ਭਵ ਜਲ ਡੂਬੇ ਨਾ ਉਰਵਾਰ ਨਾ ਪਾਰ, ਸਤਿਗੁਰ ਭੇਟੇ ਪੂਰੇ ਭਾਗ, ਸਾਚ ਰੱਤੇ ਅਹਿਨਿਸ ਬੈਰਾਗ, ਚੌਹੋਂ ਜੁਗ ਮੈਂ ਹੈ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ, ਸਿੱਧ ਸਾਧਿਕ ਤਰਸੈ ਹੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ, ਸਭ ਕਿਛ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣ ਕੋਏ, ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ, ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।